ਸ਼੍ਰੀਆ ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸਾਵਧਾਨ 13 ਅਪ੍ਰੈਲ ਤੋਂ ਅਗਲੇ 8 ਦਿਨਾਂ ਬਾਰੇ ਆਈ ਵੱਡੀ ਖਬਰ ਰਹੇਗਾ ਬੰਦ ਵੀਡੀਓ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਓ ਪੂਰੀ ਖਬਰ ਦਾ ਪਤਾ ਲੱਗੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਮੌਜੂਦਾ ਸਮੇਂ ਦੇ ਵਿੱਚ ਦੇਖਿਆ ਜਾਵੇ ਤਾਂ ਅਰਥ ਵਿਵਸਥਾ ਦੇਸ਼ ਦੀ ਦੇ ਵਿੱਚ ਇੱਕ ਵੱਡਾ ਹਿੱਸਾ ਦੇਸ਼ ਦੀਆਂ ਬੈਂਕਾਂ ਦੇ ਵਿੱਚ ਮੌਜੂਦ ਹੈ ਤੇ ਇਨ੍ਹਾਂ ਬੈਂਕਾਂ ਦੇ ਵਿੱਚ ਦੇਸ਼ ਦੇ ਨਾਗਰਿਕਾਂ ਦਾ ਅਹਿਮ ਯੋਗਦਾਨ ਹੁੰਦਾ ਆਪਣੀ ਜਮਾ ਪੂੰਜੀ ਨੂੰ ਜਮ੍ਹਾਂ ਕਰਵਾਉਣ ਅਤੇ ਕਢਵਾਉਣ ਦੇ ਲਈ ਦੇਸ਼ ਵਾਸੀ ਬੈਂਕਾਂ ਦੀ ਵਰਤੋਂ ਕਰਦੇ ਹਨ ਲੋਕ ਆਪਣੀ ਵਿੱਤੀ ਸੰਪਤੀ ਨੂੰ ਬੈਂਕਾਂ ਦੇ ਵਿੱਚ ਰੱਖ ਕੇ ਸੁਰੱਖਿਅਤ ਵੀ ਮਹਿਸੂਸ ਕਰਦੇ ਹਨ ਹੁਣ 13 ਅਪ੍ਰੈਲ ਤੋਂ ਅਗਲੇ 8 ਦਿਨਾਂ ਦੇ ਬਾਰੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ ਅਪ੍ਰੈਲ ਮਹੀਨੇ ਦੇ ਵਿੱਚ 9 ਦਿਨ ਬੈਂਕ ਬੰਦ ਰਹਿਣਗੇ ਜਿੱਥੇ 6 ਦਿਨ ਤਾਂ ਇਸੇ ਹਫ਼ਤੇ ਹੀ ਛੁੱਟੀਆਂ ਆ ਗਈਆਂ ਨੇ ਇਸ ਲਈ ਬੈਂਕ ਦੇ ਵੱਲੋਂ ਲੋਕਾਂ ਨੂੰ ਬੈਂਕ ਨਾਲ ਜੁੜੇ ਕੰਮ ਕਰਵਾਉਣ ਦੇ ਵਾਸਤੇ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਗਈ ਆ ਤਾਂ ਜੋ ਲੋਕ ਆਪਣਾ ਕੰਮ ਸਮੇਂ ਸਿਰ ਨਿਪਟਾ ਸਕਣ ਇਸ ਦੇ ਨਾਲ ਸੰਬੰਧਿਤ ਹੋਰ ਜਾਣਕਾਰੀ ਤੁਸੀਂ RBI ਦੀ ਵੈੱਬਸਾਈਟ ਦੇ ਉੱਤੇ ਜਾ ਕੇ ਦੇਖ ਸਕਦੇ ਹੋ 13 ਤੋਂ 25 April ਤੱਕ ਜਿਹੜੀਆਂ ਛੁੱਟੀਆਂ ਨੇ ਜੀ 13 ਤੋਂ 25 ਨੂੰ ਜਿਹੜੀਆਂ ਛੁੱਟੀਆਂ ਕਿਉਂ ਨੇ ਤੁਹਾਡੇ ਨਾਲ ਸਾਂਝਾ ਕਰਦੇ ਆ 13 April ਨੂੰ ਵਿਸਾਖੀ ਆ ਜੀ 14 April ਨੂੰ ਅੰਬੇਦਕਰ ਜਨਤੀ ਆ 15 ਨੂੰ ਹਿਮਾਚਲ ਦੇ ਵਸਤੇ ਬੰਗਾਲੀ ਨਵਾਂ ਸਾਲ ਆ 16 ਨੂੰ ਬੋਗਾਹਾ ਤੇ ਬਿਹੂਆ ਤੇ 17 ਤੇ 18 ਨੂੰ ਸ਼ਨੀਵਾਰ ਅਤੇ ਐਤਵਾਰ 21 April ਨੂੰ ਰਾਮ ਨੌਮੀ ਆ 24 25 ਨੂੰ ਫਿਰ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਹੋਵੇਗੀ ਇਸ ਦੇ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬੈਂਕ ਦੇ ਵੱਲੋਂ ਅਗਾਊਂ ਹੀ ਜਾਣਕਾਰੀ ਲੋਕਾਂ ਨੂੰ ਦੇ ਦਿੱਤੀ ਗਈ ਹੈ ਤਾਂ ਜੋ ਲੋਕਾਂ ਦਾ ਜਿਹੜੀ ਉਹ ਖਰਾਬ ਨਾ ਹੋਣ ਧੰਨਵਾਦ